ਦਾਨ ਨਮਸਕਾਰ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਅੱਜ ਵੀ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਦਰਸ਼ਕੋ ਕਿਸ ਮਾਪੇ ਦਾ ਸੁਪਨਾ ਨਹੀਂ ਹੁੰਦਾ ਕਿ ਉਹਨਾਂ ਦੇ ਬੱਚੇ ਇੱਕ ਅੱਛੇ ਇੰਸਟੀਚਿਊਟ ਦੇ ਵਿੱਚ ਪੜਨ ਅ ਉਸ ਤੋਂ ਬਾਅਦ ਉਹਨਾਂ ਨੂੰ ਚੰਗੇ ਲੈਵਲ ਦੀਆਂ ਓਪਰਚ्युनिटीਜ਼ ਮਿਲਣ ਤੇ ਉਹ ਆਪਣੇ ਪੈਰਾਂ ਤੇ ਖੜੇ ਹੋਣ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੇ ਲਈ ਹੀ ਮਾਪਿਓ ਇਨੀ ਮਿਹਨਤ ਕਰਦੇ ਨੇ ਸੋ ਉਹਨਾਂ ਦੇ ਜਿਹੜੇ ਕਮਾਈ ਹੁੰਦੀ ਹੈ ਉਹ ਆਪਣੇ ਬੱਚਿਆਂ ਤੇ ਲਾਉਂਦੇ ਨੇ ਇੱਕ ਤਰ੍ਹਾਂ ਦੀ ਇਨਵੈਸਟਮੈਂਟਸ ਹੁੰਦੀ ਨੇ ਤਾਂ ਕਿ ਉਹਨਾਂ ਦੇ ਬੱਚੇ ਅੱਗੇ ਜਾ ਕੇ ਚੰਗੀਆਂ ਨੌਕਰੀਆਂ ਕਰਨ ਇਹ ਅੱਗੇ ਵੱਧਦਾ ਹੋਇਆ ਜਿਹੜਾ ਸਮਾਜ ਹੈ ਟੈਕਨੋਲੋਜੀ ਇੰਨੀ ਵਾਸਟ ਹੋ ਚੁੱਕੀ ਐ ਇੰਨੀ ਹਾਈ ਟੈਕ ਹੋ ਚੁੱਕੀ ਐ ਉਸ ਟੈਕਨੋਲੋਜੀ ਦੇ ਨਾਲ ਨਾਲ ਚੱਲ ਕੇ ਬੱਚੇ ਇਸ ਜ਼ਮਾਨੇ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਪਣਾ ਨਾਂ ਰੋਸ਼ਨ ਕਰਨ ਇਹੀ ਹਰ ਮਾਪਿਓ ਦੀ ਜਿਹੜੀ ਇੱਕ ਉਮੀਦ ਬਣੀ ਹੁੰਦੀ ਐ ਤੇ ਉਹਨਾਂ ਦਾ ਇੱਕ ਸੁਪਨਾ ਵੀ ਹੁੰਦਾ ਐ ਸੋ ਅੱਜ ਇਹ ਸ਼ੋਅ ਦੇ ਵਿੱਚ ਅਸੀਂ ਇੱਕ ਐਦਾਂ ਦੇ ਇੰਸਟੀਚਿਊਟ ਨੂੰ ਲੈ ਕੇ ਡਿਸਕਸ ਕਰਾਂਗੇ ਜਿਹੜੇ ਕਿ ਮਾਪਿਓ ਦੇ ਇਹ ਉਮੀਦਾਂ ਨੂੰ ਇਹਨਾਂ ਸੁਪਨਿਆਂ ਨੂੰ ਧਿਆਨ ਚ ਰੱਖਦੇ ਹੋਏ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਦੇ ਲਈ ਇੱਕ ਸਹੀ ਤਰੀਕੇ ਨਾਲ ਗਾਈਡ ਕਰ ਦਿੰਨੇ ਤੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦਿੰਦੇ ਨੇ ਗਾਈਡੈਂਸ ਹੀ ਨਹੀਂ ਇਹਦੇ ਨਾਲ ਨਾਲ ਬੱਚਿਆਂ ਨੂੰ ਪੜ੍ਹਾਈ ਵੀ ਦੇ ਵਿੱਚ ਵੀ ਉਹਨਾਂ ਨੂੰ ਅੱਗੇ ਰੱਖਿਆ ਜਾਂਦਾ ਹੈ ਹਰ ਤਰੀਕੇ ਦੀ ਕੋਚਿੰਗ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਕੱਲ ਨੂੰ ਜਿਹੜੀ ਵੀ ਸਟਰੀਮ ਦੇ ਵਿੱਚ ਜਾਣ ਉਹ ਸਟਰੀਮ ਲਈ ਉਹ ਪ੍ਰੋਪਰ ਤਰੀਕੇ ਨਾਲ ਇਸ ਇੰਸਟੀਚਿਊਟ ਤੋਂ ਨਿਕਲਣ ਤੋਂ ਬਾਅਦ ਪ੍ਰਪੇਅਰ ਹੋਣ ਸੋ ਜੀ ਬਿਲਕੁਲ ਅੱਜ ਦੇ ਸ਼ੋਅ ਦੇ ਵਿੱਚ ਮੈਂ ਸਵਾਗਤ ਕਰਨਾ ਚਾਹਾਂਗੀ ਚੌਥਰੀ ਕੰਪਿਊਟਰਜ਼ ਐਂਡ ਕਮਰਸ਼ੀਅਲ ਕਾਲਜ ਦੇ ਡਾਇਰੈਕਟਰ ਮਿਸਟਰ ਰਾਜਨ ਚੌਥਰੀ ਦਾ ਜੀ ਸਰ ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਜੀ ਅਸੀਂ ਚੌਥਰੀ ਕੰਪਿਊਟਰਜ਼ ਐਂਡ ਕਮਰਸ਼ੀਅਲ ਕਾਲਜ ਦੀ ਗੱਲ ਕਰਦੇ ਹਾਂ ਤੇ ਐਸੋ ਪਤਾ ਲੱਗਦਾ ਹੈ ਕਿ ਇਸ ਇੰਸਟੀਚੂਟ ਦੇ ਵਿੱਚ ਬੱਚਿਆਂ ਦੇ ਭਵਿੱਖ ਨੂੰ ਜਿਹੜਾ ਉਹ ਬਣਾਇਆ ਜਾਂਦਾ ਉਸ ਨੂੰ ਤਰਾਸ਼ਿਆ ਜਾਂਦਾ ਉਸ ਨੂੰ ਸਹੀ ਗਾਰਡੈਂਸ ਦਿੱਤੀ ਜਾਂਦੀ ਹੈ ਲੇਕਿਨ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਦੇ ਨਾਲ ਜੁੜੇ ਨੇ ਈ ਵਿਊਰਜ਼ ਜੁੜੇ ਨੇ ਮੈਂ ਚਾਹਾਂਗੀ ਐਜ਼ ਅ ਡਾਇਰੈਕਟਰ ਇਸ ਇੰਸਟੀਚੂਟ ਬਾਰੇ ਤੁਸੀਂ ਕੁਝ ਚਾਰ ਗੱਲਾਂ ਜਿਹੜੀਆਂ ਦਰਸ਼ਕਾਂ ਨਾਲ ਸ਼ੇਅਰ ਕਰੋ ਚੌਧਰੀ ਕੰਪਿਊਟਰਜ਼ ਐਂਡ ਕਮਰਸ਼ੀਅਲ ਕਾਲਜ ਰਾਜਪੁਰਾਜ ਪਿਛਲੇ 45 ਸਾਲਾਂ ਤੋਂ ਕੰਮ ਕਰ ਰਿਹਾ ਹੈ ਔਰ ਸਾਡੇ ਇੰਸਟੀਚੂਟ ਦੀ ਕੋਸ਼ਿਸ਼ ਰਹੀ ਹੈ ਕਿ ਸਾਡੇ ਸੈਂਟਰ ਦੇ ਵਿੱਚ ਜਿਨੇ ਵੀ ਸਟੂਡੈਂਟਸ ਪੜ੍ਹ ਕੇ ਗਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਪਲੇਸ ਕਰਵਾਇਆ ਜਾਏ ਔਰ ਇਸ ਚੀਜ਼ ਦਾ ਤੁਸੀਂ ਲਗਾ ਕੇ ਚੱਲੋ ਕਿ ਮੇਰੇ ਕੋਲ ਜਿੰਨਾ ਵੀ ਸਟੂਡੈਂਟਸ ਹੈ ਮੈਂ ਪੂਰੀ ਕੋਸ਼ਿਸ਼ ਕਰਦਾ ਕਿ ਕਿਤੇ ਨਾ ਕਿਤੇ ਉਨਨੂੰ ਨੌਕਰੀ ਦਿਵਾਈ ਜਾਏ ਤਾਂ ਕਿ ਉਹ ਬੇਰੋਜ਼ਗਾਰ ਨਾ ਰਹੇ ਕਿਤੇ ਇਸੇ ਤਰ੍ਹਾਂ ਸਾਡੇ ਕੋਲ ਹਰ ਤਰ੍ਹਾਂ ਦੇ ਕੋਰਸਸ ਅਵੇਲੇਬਲ ਨੇ ਚਾਹੇ ਉਹ ਟੈਕਨੀਕਲ ਹੋਣ ਚਾਹੇ ਉਹ ਨਾਨ ਟੈਕਨੀਕਲ ਹੋਣ ਜੀ ਬਿਲਕੁਲ ਸਰ ਜੀ ਅਸੀਂ ਕੋਰਸਸ ਦੀ ਗੱਲ ਕਰਦੇ ਬਹੁਤ ਸਟੂਡੈਂਟ ਜਿਹੜੇ ਹੈਗੇ ਕੋਰਸਸ ਨੂੰ ਲੈ ਕੇ ਬੜੇ ਕੰਫਿਊਜ਼ ਵੀ ਰਹਿੰਦੇ ਨੇ ਕਿਉਂਕਿ ਇੱਕ ਸਟੂਡੈਂਟ ਜਿਹੜਾ ਹੈਗਾ ਦੋ ਦੋ ਤਿੰਨ ਤਿੰਨ ਤਰੀਕੇ ਦੀਆਂ ਸਟਰੀਮਸ ਦੇ ਵਿੱਚ ਮਾਹਿਰ ਹੋਣਾ ਚਾਹੁੰਦਾ ਹੈ ਚਾਹੇ ਕੰਪਿਊਟਰ ਹੋਵੇ ਚਾਹੇ ਕੰਪੀਟੀਟਿਵ ਐਗਜ਼ਾਮਸ ਹੋਣ ਸੋ ਇਸ ਇੰਸਟੀਚਿਊਟ ਦੇ ਵਿੱਚ ਕਿਸ ਤਰ੍ਹਾਂ ਦੇ ਕੋਰਸਸ ਅਵੇਲੇਬਲ ਨੇ ਸਟੂਡੈਂਟ ਤਕੋ ਸਭ ਤੋਂ ਪਹਿਲਾਂ ਸੜੇ ਕੋਲ ਕੰਪਿਊਟਰ ਕੋਰਸੇਸ ਨੇ ਜਿਹਦੇ ਵਿੱਚ 3 ਮੰਥਸ ਦਾ ਬੇਸਿਕਸ ਦਾ ਕੋਰਸ ਹੋ ਗਿਆ 3 ਮੰਥਸ ਦਾ ਡੀਟੀਵੀ ਦਾ ਕੋਰਸ ਹੋ ਗਿਆ 3 ਮੰਥਸ ਦਾ ਅਕਾਊਂਟਿੰਗ ਪਲਸ ਚੈਲੀ ਦਾ ਕੋਰਸ ਹੋ ਗਿਆ 3 ਮੰਥਸ ਦੇ ਟਾਈਪਿੰਗ ਵਗੈਰਾ ਹੋ ਗਈ ਔਰ ਇਸ ਤੋਂ ਬਾਅਦ ਪ੍ਰੋਗਰਾਮਿੰਗ ਆ ਜਾਂਦੀ ਹੈ ਲੈਂਗੁਏਜਸ ਆ ਗਈਆਂ ਇਸ ਤਰ੍ਹਾਂ ਦੇ ਕੋਰਸੇਸ ਅਵੇਲੇਬਲ ਰਹਿੰਦੇ ਨੇ ਕੰਪਿਊਟਰ ਦੇ ਵਿੱਚ ਜੀ ਤੇ ਕੰਪਿਊਟਰ ਤੋਂ ਇਲਾਵਾ ਵੀ ਜਿਹੜੇ ਟੈਕਨੀਕਲ ਹੋਰ ਕੋਰਸੇਸ ਅਵੇਲੇਬਲ ਨੇ ਸਟੂਡੈਂਟਸ ਵਾਸਤੇ हां टेक्निकल कोर्सेस लाइक तुसी लगा के चलो कि आजकल स्टूडेंट जिथे भी इंटरव्यू देण ਜਾਂਦਾ ਹੈ ਸਭ ਤੋਂ ਪਹਿਲਾਂ ਉਸਦੇ ਸਕਿੱਲਸ ਦੇਖੇ ਜਾਂਦੇ ਨੇ ਉਹਦੇ ਸਪੀਕਿੰਗ ਸਕਿੱਲਸ ਦੇਖੇ ਜਾਂਦੇ ਨੇ ਇੰਗਲਿਸ਼ ਸਪੀਕਿੰਗ ਸਭ ਤੋਂ ਜ਼ਿਆਦਾ ਤਾਨੂੰ ਪਤਾ ਹੀ ਹੈ ਕਿ ਜ਼ਰੂਰਤ ਹੈ আজকাল ਇਨਸਾਨ ਦੇ ਔਰ ਸਪੀਕਿੰਗ ਦੇ ਸੈਟਿਕਲ ਬਹੁਤ ਹੀ ਲੇਟੈਸਟ ਟੈਕਨੀਕ ਦੇ ਨਾਲ ਕਰਵਾਇਆ ਜਾਂਦਾ ਇਹਦੇ ਵਿੱਚ ਕੋਈ ਹਿੰਦੀ ਕੋਈ ਪੰਜਾਬੀ ਕੁਝ ਯੂਜ਼ ਨਹੀਂ ਕੀਤਾ ਜਾਂਦਾ ਬਿਲਕੁਲ ਹੀ ਲੇਟੈਸਟ ਟੈਕਨੀਕ ਦੇ ਨਾਲ ਇੰਗਲਿਸ਼ ਕਰਵਾਈ ਜਾਂਦੀ ਹੈ ਔਰ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟ ਨੂੰ 3 ਮੰਥਸ ਦੇ ਵਿੱਚ ਕਵਰ ਕਰਵਾਇਆ ਜਾਏ ਕੋਰਸ ਬਾਕੀ ਡਿਪੈਂਡ ਕਰਦਾ ਹੈ ਬੱਚੇ ਦੀ ਆਪਣੀ ਸਕੂਲਿੰਗ ਤੇ ਆਪਣੀ ਕੈਪੇਬਿਲਿਟੀ ਤੇ ਉਹ ਕਿਸ ਤਰ੍ਹਾਂ ਕੈਚ ਕਰਦਾ ਸੋ ਇਸ ਤੋਂ ਇਲਾਵਾ ਤੁਸੀਂ ਕਹ ਅਸੀਂ ਇਸ ਇੰਸਟੀਚੂਟ ਦੇ ਵਿੱਚ ਜਿਹੜੇ ਹੈਗੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਵੀ ਜਿਹੜੀ ਤਿਆਰੀ ਕਰਾਈ ਜਾਂਦੀ ਹੈ ਸੋ ਉਸ ਦੇ ਵਿੱਚ ਜਿਹੜਾ ਇਹ ਇੰਸਟੀਚੂਟ ਬੱਚਿਆਂ ਦੀ ਕਿਵੇਂ ਮਦਦ ਕਰਦਾ ਹੈ ਕੰਪੀਟੀਟਿਵ ਐਗਜ਼ਾਮਸ ਦਾ ਸਟੱਡੀ ਗਲ ਅਲੱਗ-ਅਲੱਗ ਸਿਸਟਮ ਹੈ ਜਿਵੇਂ ਲਗਾ ਲਓ ਤੁਸੀਂ ਬੈਂਕਿੰਗ ਦਾ ਹੋ ਗਿਆ इस तो एस एस सी की कोचिंग हो गई या पोस्ट ऑफिस की हो गई या एफ सी आई हो गई रेलवे की होगी यूजीसी यू जी सी नैट की होगी टी ई टी की होगी इस तरह कोई भी गवर्नमेंट एग्जाम निकलता है तो साढ़े वालों बच्चे उसकी तैयारी करवाई जाती है एंड uh, कोशिश की जाती कि साढ़े वो कॉल कोचिंग करके स्टूडेंट कितने ना कि प्लेस और uh, कोचिंग लैके कई स्टूडेंट्स वालों लगे भी हैं ਜੀ ਤੇ ਕੀ ਇਸ ਇੰਸਟੀਚਿਊਟ ਦੇ ਵਿੱਚ ਸਟੂਡੈਂਟਸ ਨੂੰ ਪਲੇਸਮੈਂਟਸ ਵੀ ਆਫਰ ਹੁੰਦੀਆਂ ਨੇ ਵੀ ਹੈਰ ਟਾਈਪਸ ਵਿਦ ਅ ਪ੍ਰਾਈਵੇਟ ਕੰਪਨੀਆਂਸ ਆਲਸੋ ਮਤਲਬ ਸਟੂਡੈਂਟਸ ਨੂੰ ਸਾਡੇ ਹੀ ਏਰੀਆ ਦੇ ਵਿੱਚ ਲਾਈਕ ਤੁਸੀਂ ਲਗਾ ਲਓ ਰਾਜਪੁਰਾ ਪਟਿਆਲਾ ਮੁਹਾਲੀ ਸਰਹੰਦ ਪੰਚਕੁਲਾ ਇਹਨਾਂ ਏਰੀਆਜ਼ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਪਲੇਸ ਕਰਵਾਇਆ ਜਾਂਦਾ ਔਰ ਸਾਡੇ ਇੰਸਟੀਚਿਊਟ ਦੇ ਟਾਈਪਸ ਨੇ ਕੰਪਨੀਆਂਸ ਦੇ ਨਾਲ ਜਿੱਥੇ ਲਗਾ ਲਓ ਜੇ ਸਟੂਡੈਂਟ ਪਲੱਸ 2 ਹੈ ਤਾਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਨੂੰ ਜੌਬ ਲਗਵਾਈ ਜਾਏ ਤੇ ਇਸ ਤੋਂ ਇਲਾਵਾ ਬਹੁਤ ਸਟੂਡੈਂਟਸ ਜਿਹੜੇ ਹੁੰਦੇ ਨੇ ਅਲੱਗ-ਅਲੱਗ ਤਰੀਕੇ ਦੇ ਕੋਰਸਸ ਕਰਦੇ ਨੇ ਸਿਰ ਸੋ ਇਹ ਕੋਰਸਸ ਜਿਹੜੇ ਹੈਗੇ ਨੇ ਛੋਟੇ-ਛੋਟੇ ਡਿਊਰੇਸ਼ਨ ਦੇ ਵੀ ਹੁੰਦੇ ਨੇ ਜਾਂ ਥੋੜੀ ਸਾਲ ਡੇਢ ਦੋ ਸਾਲ ਦੀ ਡਿਊਰੇਸ਼ਨ ਦੇ ਕੋਰਸਸ ਹੁੰਦੇ ਨੇ ਇੰਸਟੀਚਿਊਟ ਦੇ ਵਿੱਚ ਹਾਂ ਸ਼ਾਰਟ-ਟਰਮ ਕੋਰਸਸ ਤਾਂ ਇਹ ਹੀ ਹੈ 3-3 ਮਨਸ ਦੇ ਹੋਗੇ ਕੋਰਸ ਉਸ ਤੋਂ ਬਾਅਦ ਡਿਊਰੇਸ਼ਨ ਇਹਨਾਂ ਦੀ ਵੱਧ ਵੀ ਜਾਂਦੀ ਹੈ ਲਾਈਕ ਤੁਸੀਂ ਲਗਾ ਲਓ ਆਈਟੀਆਈ ਦੇ ਕੋਰਸਸ ਹੋ ਜਾਂਦੇ ਆ ਸਾਡੇ ਕੋਲ ਜੋ ਬੱਚਾ 10th ਜਾਂ +2 ਤੋਂ ਬਾਅਦ ਕਰਨਾ ਚਾਹੁੰਦਾ ਹੈ ਆਈਟੀਆਈ ਦੇ ਅਲੱਗ-ਅਲੱਗ ਕੋਰਸਸ ਨੇ ਸਾਡੇ ਕੋਲ ਲਾਈਕ इलैक्ट्रीशन फिटर प्लंबर वैल्डर एसी मकैनिक डीजल मकैनिक इस तरह के कोर्सिज ने जो आई टी साइड पंजाब स्टेट बोर्ड ऑफ टेक्नीकल एजुकेशन तो एफोलेटिड है ਜੀ ਤੇ ਇਸ انسਟਿਟਿਊਟ ਦੀ ਜੇ ਅਸੀਂ ਗੱਲ ਕਰਦੇ ਆਂ ਤੇ ਕਿਸ ਤਰ੍ਹਾਂ ਦੀ ਸਹੂਲਿਅਤ ਜਿਹੜੀਆਂ ਹੈਗੀਆਂ ਨੇ ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ ਨੇ ਲਾਈਕ ਕੋਈ ਸਟੂਡੈਂਟਸ ਬਾਹਰੋਂ ਆਂਦੇ ਹੈਗੇ ਨੇ ਜਾਂ ਕਈ ਨਹੀਂ ਅਫੋਰਡ ਕਰ ਸਕਦੇ ਸਿਟੀ 'ਚ ਇਕੱਲੇ ਰਹਿਣਾ ਜਾਂ ਕਿਹੜੇ ਮਾਪਿਓ ਜੇ ਆਪਣੇ ਬੱਚਿਆਂ ਨੂੰ ਇਸ انسਟਿਟਿਊਟ ਦੇ ਵਿੱਚ ਪੜਾਣ ਨੂੰ ਭੇਜਣ ਸੋ ਕਿਸ ਤਰ੍ਹਾਂ ਦੀ ਸਰਵਿਸਿਜ਼ ਜਿਹੜੀਆਂ ਹੈਗੀਆਂ ਸਟੂਡੈਂਟਸ ਨੂੰ ਮਿਲਦੀਆਂ ਨੇ ਮੈਂ ਸਾਡੇ ਕੋਲ ਇਹਦੇ ਵਿੱਚ ਹੌਸਟਲ ਫੈਸਿਲਿਟੀ ਹੈ ਵਾਈਫਾਈ ਕੈਂਪਸ ਹੈ ਔਰ ਕੈਂਟੀਨਸ ਵੀ ਹੈ ਔਰ ਟ੍ਰਾਂਸਪੋਰਟੇਸ਼ਨ ਹੈ ਜੀ ਸੋ ਸਰ ਜਿਹੜੇ ਵੀ ਸਟੂਡੈਂਟਸ ਇਥੇ ਆਉਂਦੇ ਨੇ ਪੜ੍ਹਦੇ ਨੇ ਆਪਣੇ ਲਗ ਲਗ ਤਰੀਕੇ ਦੇ ਕੋਰਸੇ ਕਰਦੇ ਨੇ ਬਹੁਤ ਅੱਛੀ ਗੱਲ ਹੈ ਕਿ ਹਰ ਸਟਰੀਮ ਦੇ ਸਟੂਡੈਂਟਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਐਸ ਕੈਂਪਸ ਦੇ ਵਿੱਚ ਇਸ ਇੰਸਟੀਟਿਊਟ ਦੇ ਵਿੱਚ ਸ਼ਾਰਟ ਟਰਮ ਕੋਰਸੇ ਰੱਖੇ ਨੇ ਕਿਉਂਕਿ ਅਸੀਂ ਵੀ ਦੇਖਿਆ ਕਿ ਬਹੁਤ ਬੜਾ ਸਟੂਡੈਂਟ ਜਿਹੜੇ ਹੁੰਦੇ ਨੇ ਜੀ ਉਹਨਾਂ ਨੇ ਕਿਸੇ ਬਾਇਓਕੇਮਿਸਟਰੀ ਫਿਜ਼ਿਕਸ ਦੀ ਟ੍ਰੇਨਿੰਗ ਲੈਣੀ ਹੁੰਦੀ ਹੈ ਤਾਂ ਉਹ ਇੱਕ ਇੰਸਟੀਟਿਊਟ ਦੇ ਵਿੱਚ ਜਾਂਦੇ ਨੇ ਜੀ ਉਹਨਾਂ ਨੇ ਆਇਲਸ ਕਰਨੀ ਹੁੰਦੀ ਹੈ ਇੰਗਲਿਸ਼ ਸਪੀਕਿੰਗ ਕਰਨੀ ਹੁੰਦੀ ਹੈ ਤਾਂ ਕਿਸੇ ਇੱਕ ਇੰਸਟੀਟਿਊਟ ਦੇ ਵਿੱਚ ਜਾਂਦੇ ਨੇ ਜੀ ਉਹਨਾਂ ਇਸ ਸਾਰੀ ਰਿਕੁਆਇਰਮੈਂਟਸ ਨੂੰ ਧਿਆਨ ਚ ਰੱਖਦੇ ਹੋਏ ਐਸੇ ਇੰਸਟੀਚਿਊਟ ਦੇ ਵਿੱਚ ਇੱਕ ਤਰ੍ਹਾਂ ਦਾ ਵਨ-ਸਟਾਪ ਸ਼ਾਪ ਹੈ ਤੇ ਸਟੂਡੈਂਟਸ ਨੂੰ ਇੱਕੋ ਇੰਸਟੀਚਿਊਟ ਦੇ ਵਿੱਚ ਅਲੱਗ-ਅਲੱਗ ਕੋਰਸਸ ਦੇ ਅਲੱਗ-ਅਲੱਗ ਡਿਊਰੇਸ਼ਨ ਦੇ ਜਿਹੜੇ ਕੋਰਸਸ ਨੇ ਉਹ ਕਰਵਾਏ ਜਾਂਦੇ ਨੇ ਸੋ ਕਾਫੀ ਵਧੀਆ ਗੱਲ ਹੈ ਕਿ ਹਰ ਸਟਰੀਮ ਦੇ ਸਟੂਡੈਂਟਸ ਲਈ ਕੁਝ ਨਾ ਕੁਝ ਐਸ ਇੰਸਟੀਚਿਊਟ ਦੇ ਵਿੱਚ ਜ਼ਰੂਰ ਹੈ ਸੋ ਜੇ ਅਸੀਂ ਗੱਲ ਕਰਦੀਆਂ ਆਫਟਰ ਸਟੱਡੀ ਕੰਪਲੀਸ਼ਨ ਔਰ ਆਫਟਰ ਕੰਪਲੀਸ਼ਨ ਆਫ ਥੀਸ ਕੋਰਸਸ ਉਸ ਤੋਂ ਬਾਅਦ ਸਟੂਡੈਂਟਸ ਵਾਸਤੇ ਕੀ ਓਪਰਚ्युनिटीज ਰਹਿ ਜਾਂਦੀਆਂ ਕਿ ਅੱਗੇ ਨੈਕਸਟ ਲੈ ई टी करके आई टी सी टी आई का कोर्स हूँ जो वन ईयर का कोर्स है एंड सी टी आई द कोर्स अपलाई कर सकते हो जिन्हें भी गवर्नमेंट जॉब्स निकल दी हैं लाइक आई टी एस जिन्हें भी, भी गवर्नमेंट टीचर लगते हैं वो सारे आई टी ई दो सी टी आई करके लगते हैं hmm. जब तक वो सी टी आई नहीं करेगा वह आई टी ई गवर्मेंट टीचर नहीं लग सकता और एलिजीबिलिटी चाहती है स्टूडेंट आई टी पास होना चाहता है या डिप्लोमा होना चाहता है या बीटैक की होनी चाहिए है और इस ही इंग्लिश स्पीकिंगे को कई कोर्सिज अवेलेबल ने जिमें बी पीओ ट्रेनिंग होगी स्मार्ट किड्स ट्रेनिंग होगी गई हाउस वाइफ्स वास्ते अलग ट्रेनिंग हो गई और इस ही इंग्लिश स्पीकिंग कोर्स को बहुत वादिया कोर्सिज अवेलेबल ने जो कोर्सिज कर तो बच्चा रिटेल स्टोरस मॉल्स बीपीओस इंशोरेंस बैंकस कर सकता है ईवन दैट मार्केटिंग एगजीक्यूटिवस वास्ते अचक इंग्लिश स्पीकिंग पता ही है बहुत जरूरी हो गई है ईवन दैट लाइक काउंसलर्स ने या अकाउंटेंट्स ने टैलीकॉलरस ने सब वास्ते इंग्लिश स्पीकिंग बहुत जरूरी है और जो बच्चा एक बार कोर्स करेगा ਤਾਉ ਨੂੰ ਪਤਾ ਲੱਗੇਗਾ ਕਿ ਕਿਸ ਟੈਕਨੀਕ ਦੇ ਨਾਲ ਅਸੀਂ ਕਰ ਰਹੇ ਹਾਂ ਔਰ ਇਹਦੇ ਵਾਸਤੇ ਸਪੈਸ਼ਲ ਅਸੀਂ 2 ਦਿਨ ਦਾ ਡੈਮੋ ਦੇ ਦਿੰਦੇ ਆ ਤਾਂ ਜੋ ਬੱਚਾ ਸਾਡੇ ਕੋਲ ਆਏ ਤਾਂ ਉਹ ਸਾਡੇ ਨਾਲ ਕਾਫੀ ਫੈਮਿਲੀਅਰ ਹੋ ਜਾਏ ਔਰ ਕਾਫੀ ਕੰਫिडेंट ਹੋ ਜਾਏ ਜੀ ਸੋ ਇਸ ਤੋਂ ਇਲਾਵਾ ਜਿਹੜੇ ਕੋਚਿੰਗ ਕਰਦੇ ਨੇ ਬੱਚੇ ਫਿਜ਼ਿਕ ਕੈਮਿਸਟਰੀ ਆ ਬਾਇਓਡੀ ਆ ਮੈਥਸ ਦੀ ਟ੍ਰੇਨਿੰਗ ਲੈਂਦੇ ਨੇ ਉਹਨਾਂ ਵਾਸਤੇ ਕੀ ਆਪਸ਼ਨਸ ਨੇ ਉਹਨਾਂ ਦੇ ਵਿੱਚ ਸਾਡੇ ਕੋਲ 7th ਕਲਾਸ ਤੋਂ ਬਾਅਦ ਅਪ ਟੂ +2 ਤੱਕ ਸਾਰੇ ਸਬਜੈਕਟਸ ਦੀ ਕੋਚਿੰਗ ਅਵੇਲੇਬਲ ਰਹਿੰਦੀ ਹੈ ਈਵਨ ਦਟ ਚਾਹੇ ਉਹ CBSE ਬੋਰਡ ਦਾ ਹੈਗਾ ਚਾਹੇ ਉਹ PSEB ਬੋਰਡ ਦਾ ਹੈਗਾ ਇਹਨਾਂ ਦੇ ਵਾਸਤੇ ਸਾਡੇ ਕੋ ਬੱਚੇ ਨੂੰ ਸਪੈਸ਼ਲ ਅਲੱਗ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਹੀਂ ਹੈ ਉਹਨੂੰ ਇਹ ਨਹੀਂ ਹੈ ਕਿ ਉਹਨੇ ਫਿਜ਼ਿਕਸ ਦਾ ਕੋਰਸ ਕਰ ਫਿਜ਼ਿਕਸ ਦੀ ਕੋਚਿੰਗ ਲੈਣੀ ਹੈ ਤਾਂ ਕਿਸੇ ਹੋਰ ਜਾਏਗਾ ਬਾਇਓ ਦੀ ਕੋਚਿੰਗ ਲੈਣੀ ਹੈ ਕਿਤੇ ਹੋਰ ਜਾਏਗਾ ਮੈਥ ਦੀ ਕੋਚਿੰਗ ਲੈਣੀ ਕਿਤੇ ਹੋਰ ਜਾਏਗਾ ਉਹ ਇੱਕੋ ਹੀ ਕਲਾਸਰੂਮ ਦੇ ਵਿੱਚ ਸਾਰੀ ਕੋਚਿੰਗਸ ਇਕੱਠੀ ਰਹਿ ਸਕਦਾ ਹੈ ਹਰ ਸਬਜੈਕਟਸ ਤੇ ਅਲੱਗ-ਅਲੱਗ ਟੀਚਰਸ ਨੇ ਟੀਚਰਸ ਸਾਰੇ ਦੇ ਸਾਰੇ ਐਕਸਪੀਰੀਅੰਸ ਨੇ ਦੋ ਦਿਨ ਦਾ ਡੈਮੋ ਬਿਲਕੁਲ ਫਰੀ ਦਿੰਦੇ ਆ ਸੋ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਇਸ ਕਾਲਜ ਦੇ ਡਾਇਰੈਕਟ ਮਿਸਟਰ ਰਾਜਨ ਚੌਧਰੀ ਨਾਲ ਗੱਲ ਕਰ ਰਹੇ ਹਾਂ ਜਿਹੜੇ ਕਿ ਇਸ ਕਾਲਜ ਦੀ ਵਕਫਾ ਸੰਗੁਲਤਾ ਬਾਰੇ ਕਾਲਜੇਜ਼ ਬਾਰੇ ਕੋਰਸੇਜ਼ ਬਾਰੇ ਜਿਹੜਾ ਤੁਹਾਨੂੰ ਦੱਸ ਰਹੇ ਨੇ ਆਮ ਸ਼ੋਰ ਕਿ ਇਹ ਇੰਸਟੀਚਿਊਟ ਜਿਹੜਾ ਦਿਨ ਦੁਗਣੀ ਰਾਤ ਹੈ ਤਰੱਕੀ ਕਰੇ ਤਾਂ ਕਿ ਸਟੂਡੈਂਟਸ ਆਪ ਵੀਖੇ ਜਿਹੜਾ ਉਜਵਲ ਹੋ ਸਕੇ ਸੋ ਇੱਕ ਹੋਰ ਅਹਿਮ ਗੱਲ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਸਟੂਡੈਂਟ ਜਿਹੜੇ ਹੈਗੇ ਨੇ ਸਰ ਹਰ ਸਟਰੀਮ ਤੋਂ ਜਿਹੜਾ ਬਿਲੋਂਗ ਕਰਦੇ ਨੇ ਸੋ ਕਿ ਐਗਜ਼ਾਮ ਡੇਜ਼ ਦੇ ਵਿੱਚ ਜਿਹੜੇ ਸਟੂਡੈਂਟਸ ਨੂੰ ਕੁਝ ਐਕਸਟਰਾ ਕਲਾਸਿਸ ਦੇ ਕੇ ਥੋੜਾ ਪ੍ਰੇਪਰੇਸ਼ਨ ਕਰਵਾਈ ਜਾਂਦੀ ਹੈ ਜਾਂ ਨਹੀਂ ਹਾਂ ਬਿਲਕੁਲ ਡੈਫੀਨਿਟਲੀ ਇਹਨਾਂ ਨੂੰ ਜਿੱਥੇ 1 ਆਰ ਦੀ ਕਲਾਸ ਲਗਾ ਰਹੇ ਨੇ ਜੇ ਇਹਨਾਂ ਦਾ ਸਿਲੇਬਸ ਕੰਪਲੀਟ ਨਹੀਂ ਹੋਇਆ ਇਹਨਾਂ ਨੂੰ ਅਸੀਂ ਐਕਸਟਰਾ ਟਾਈਮ ਦੇ ਕੇ ਕਵਰ ਕਰਾਨੇ ਆ इवन दैट ਹਰ ਸੈਚਰਡੇ ਇਹਨਾਂ ਦਾ ਮੌਕ ਟੈਸਟ ਲਿਆ ਜਾਂਦਾ ਹੈ ਸਬਜੈਕਟਿਵ ਟੈਸਟ ਲਿਆ ਜਾਂਦੇ ਨੇ ਤਾਂ ਕਿ ਸਟੂਡੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਐਨੀ ਟਾਈਮ ਸਟਾਫ ਨਾਲ ਡਿਸਕਸ ਕਰ ਸਕਦਾ ਹੈ इवन दैट ਸਟੂਡੈਂਟ ਨੂੰ ਹਰ ਟੀਚਰ ਦਾ ਵਟਸਐਪ ਨੰਬਰ ਵੀ ਦਿੱਤਾ ਹੁੰਦਾ ਹੈ ਤਾਂ ਕਿ ਜੇ ਸਟੂਡੈਂਟ ਘਰ ਬੈਠ ਕੇ ਪੜ ਰਿਹਾ ਹੈ ਔਰ ਉਸ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਔਰ ਇੰਸਟੀਟਿਊਟ ਦੇ ਵਿੱਚ ਨਹੀਂ ਆਇਆ ਕੋਈ ਵੀ ਇਸ਼ੂ ਹੈ ਉਸ ਸਾਡੇ ਟੀਚਰ ਨਾਲ WhatsApp ਤੇ ਡਿਸਕਸ ਕਰ ਸਕਦਾ ਹੈ ਜੀ ਬਿਲਕੁਲ ਇਹ ਬਹੁਤ अच्छी ਗੱਲ ਹੈ ਕਿ WhatsApp ਦੇ थ्रू ਜਿਹੜੇ ਨਵੀਆਂ ਟੈਕਨੋਲੋਜੀ ਆਈਆਂ ਨੇ ਉਹਨਾਂ ਦੇ थ्रू ਸੋਸ਼ਲ ਨੈਟਵਰਕਿੰਗ ਦੇ थ्रू ਜਿਹੜੇ ਸਟੂਡੈਂਟਸ ਦੇ ਪੇਰੈਂਟਸ ਦੇ ਨਾਲ ਵੀ ਜਿਹੜਾ ਉਹ ਜੁੜਿਆ ਜਾਂਦਾ ਹੈ ਅ ਸਰ ਕਿਤੇ ਨਾ ਕਿਤੇ ਪੈਰੈਂਟਸ ਨੂੰ ਥੋੜੇ ਜਿਹਾ ਅਨਸੇਫ ਫੀਲ ਕਰਦੇ ਨੇ ਆਪਣੇ ਬੱਚਾ ਨੂੰ ਨੇ ਦੂਰ ਭੇਜਣ ਦੇ ਲਈ ਜਾਂ ਜਿਹੜੇ ਇੰਸਟੀਚੂਟ ਜਿਹੜੇ ਹੈਗੇ ਨੇ ਅਲੱਗ-ਅਲੱਗ ਤਰੀਕੇ ਦੇ ਇੰਸਟੀਚੂਟ ਜਿਹੜੇ ਬੱਚਿਆਂ ਵਾਸਤੇ ਬਣੇ ਨੇ ਉੱਥੇ ਭੇਜਣ ਲਈ ਕਿ ਇਸ ਸਿਕਿਉਰਿਟੀ ਪੱਖੋਂ ਜਿਹੜਾ ਇਹ ਇੰਸਟੀਚੂਟ ਹੈ ਪ੍ਰੋਪਰ ਤਰੀਕੇ ਨਾਲ ਸੇਫ ਹੈ ਸਟੂਡੈਂਟਸ ਵਾਸਤੇ ਜੀ ਬਿਲਕੁਲ ਸਾਡਾ ਇੰਸਟੀਚੂਟ ਬਿਲਕੁਲ ਸੇਫ ਹੈ ਹਰ ਇੱਥੇ ਹਰ ਪੈਰੈਂਟਸ ਨੂੰ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਜਿੰਨੇ ਵੀ ਸਟੂਡੈਂਟਸ ਆਉਂਦੇ ਨੇ ਉਸ ਉਹਨਾਂ ਦੀ ਹਰ ਐਕਟੀਵਿਟੀ ਤੇ ਨਜ਼ਰ ਰੱਖਣ ਵਾਸਤੇ ਸਾਡੇ ਕੋਲ ਸੀਸੀਟੀਵੀ ਕੈਮ ਹਰ ਜਗ੍ਹਾ ਸੀਸੀਟੀਵੀ ਕੈਮਰਸ ਮੌਜੂਦ ਨੇ ਚਾਹੇ ਸਟੂਡੈਂਟਸ ਕਿਤੇ ਦੂਰ ਤੋਂ ਆ ਰਹੇ ਆ ਪਿੰਡਾਂ ਤੋਂ ਆ ਰਹੇ ਆ ਉਹਨਾਂ ਕੋਲ ਟ੍ਰਾਂਸਪੋਰਟੇਸ਼ਨ ਨਹੀਂ ਹੈ ਇਹਦੇ ਵਾਸਤੇ ਵੀ ਸਾਡੇ ਕੋਲ ਕੈਫੈਸਿਲਿਟੀ ਅਵੇਲੇਬਲ ਹੈ ਐਂਡ ਜੋ ਉਹਨਾਂ ਨੂੰ ਕਰਉ ਪਿਕ ਕਰਦੀ ਹੈ ਡ੍ਰੌਪ ਕਰਦੀ ਹੈ ਇੰਸਟੀਚੂਟ ਤੇ ਇੰਸਟੀਚੂਟ ਤੋਂ ਪਿਕ ਕਰਕੇ ਫਿਰ ਕਰੇ ਡ੍ਰੌਪ ਕਰਦੀ ਹੈ ਅਨ ਸਟੂਡੈਂਟ ਕੋਈ ਨਹੀਂ ਪੜਨਾ ਚਾਹੁੰਦਾ ਗਰਲਸ ਵਾਸਤੇ ਵੀ ਅਲੱਗ ਬੈਚਸ ਨੇ ਬॉयਜ਼ ਵਾਸਤੇ ਵੀ ਅਲੱਗ ਬੈਚਸ ਨੇ ਜੀ ਬਹੁਤ ਅੱਛੀ ਗੱਲ ਹੈ ਯਾਨੀ ਕਿ ਪੈਰੈਂਟਸ ਨੂੰ ਜ਼ਰੂਰ ਡਰ ਹੁੰਦਾ ਥੋੜਾ ਜਿਹਾ ਕਿ ਸਾਡੇ ਬੱਚੇ ਸੇਫ ਰਹਿਣਗੇ ਜਾਂ ਨਹੀਂ ਰਹਿਣਗੇ ਸ਼ਹਿਰ ਚ ਪੜਨ ਜਾ ਰਹੇ ਨੇ ਜਾਂ ਦੂਰ ਪੜਨ ਜਾ ਰਹੇ ਨੇ ਸੋ ਸੇਫਟੀ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੇ ਸੋਚੀਏ ਤੇ ਇੰਸਟੀਚਿਊਟ ਕਾਫੀ ਸੇਫ ਹੈ ਜਿਵੇਂ ਕਿ ਕਹ ਰਹੇ ਨੇ ਕਿ ਸ਼ਹਿਰ ਦੇ ਵਿੱਚੋ ਵਿੱਚ ਹੈਗਾ ਹੈ ਤੇ ਸਟੂਡੈਂਟਸ ਦੀ ਐਕਟੀਵਿਟੀਜ਼ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਤੇ ਨਜ਼ਰ ਰੱਖਦੇ ਹੋਏ ਸੀਸੀਟੀਵੀ ਕੈਮਰਸ ਲਗਾਏ ਜਾਂਦੇ ਨੇ ਕਿਆ ਫੈਸਿਲਿਟੀ ਹੈਗੇ ਜਿਹੜੇ ਇੰਸਟੀਚੂਟ ਦੇ ਅੰਦਰ ਹੀ ਬੱਚਿਆਂ ਨੂੰ ਡ੍ਰੌਪ ਕਰਦੀ ਹੈ ਤੇ ਪਿਕ ਕਰਕੇ ਵਾਪਸ ਹੈ ਜਿਹੜਾ ਉਹ ਉਹਨਾਂ ਦੇ ਘਰ ਤੱਕ ਛੱਡਦੀ ਹੈ ਕੁੜੀਆਂ ਵਾਸਤੇ ਖਾਸ ਕਰਕੇ ਜਿਹੜੇ ਲਗ ਬੈਚਸ ਵੀ ਲਗਾਏ ਜਾਂਦੇ ਨੇ ਜਿਹੜੇ ਪੈਰੈਂਟਸ ਨਹੀਂ ਆਪਣੇ ਕੁੜੀਆਂ ਨੂੰ ਕੋਆਟ ਦੇ ਵਿੱਚ ਪੜਾਉਣਾ ਚਾਹੁੰਦੇ ਆ ਕੋਆਟ ਦੇ ਵਿੱਚ ਥੋੜੇ ਕੰਫਰਟੇਬਲ ਨਹੀਂ ਹੈਗੀਆਂ ਨੇ ਉਹ ਲਗ ਬੈਚਸ ਦੇ ਵਿੱਚ ਪੜ ਸਕਦੇ ਮੁੰਡਿਆਂ ਵਾਸਤੇ ਲਗ ਬੈਚਸ ਹੈਗੇ ਨੇ ਸੋ ਹਰ ਤਰੀਕੇ ਦੀ ਫੈਸਿਲਿਟੀ ਹੈ ਜਿਹੜੀ ਇਸ ਇੰਸਟੀਚੂਟ ਦੇ ਵਿੱਚ ਤੁਹਾਨੂੰ ਜਿਹੜੀ ਮਿਲ ਰਹੀ ਹੈ ਇਸ ਤੋਂ ਇਲਾਵਾ ਅਸੀਂ ਜੇ ਕੋਰਸਸ ਕੰਪਲੀਸ਼ਨ ਦੀ ਗੱਲ ਕਰੀਏ ਹੁਣ ਇੱਕ ਵਾਰੀ ਸਟੂਡੈਂਟ ਅੰਦੇ ਤੋਂ ਕੋਰਸ ਕੰਪਲੀਟ ਕਰਕੇ ਚਲਾ ਜਾਂਦਾ ਹੈ ਤੇ ਕਿ ਉਸ ਤੋਂ ਬਾਅਦ ਵੀ ਬੱਚੇ ਨਾਲ ਜਿਹੜੇ ਟਾਈਪਸ ਰੱਖੇ ਜਾਂਦੇ ਨੇ ਕੱਲ ਨੂੰ ਜੇ ਪਲੇਸਮੈਂਟ ਉਹਨੂੰ ਦੇਣੀ ਹੋਵੇ ਜਾਂ ਸਟੂਡੈਂਟ ਨੂੰ ਕੋਈ ਪਲੇਸਮੈਂਟ ਚਾਹੀਦੀ ਹੋਵੇ ਉਸ ਦੇ ਲਈ ਵੀ ਜਿਹੜਾ ਇੰਸਟੀਚਿਊਟ ਸਟੂਡੈਂਟਸ ਦੀ ਮਦਦ ਕਰਦਾ ਹੈ ਬਿਲਕੁਲ ਜਦੋਂ ਸਾਡੇ ਗੁੱਲ ਸਟੂਡੈਂਟਸ ਕੋਈ ਵੀ ਜੁਆਇਨ ਕਰਦੇ ਨੇ ਕਿਸੇ ਵੀ ਕੋਚਿੰਗ ਨਾਲ ਜੁਆਇਨ ਕਰਦੇ ਨੇ ਉਹਨਾਂ ਨਾਲ ਤਾਇਆਬ ਰੱਖਣ ਵਾਸਤੇ ਉਹਨਾਂ ਨਾਲ ਸੰਪਰਕ ਰੱਖਣ ਵਾਸਤੇ ਉਹਨਾਂ ਦੇ WhatsApp ਨੰਬਰ ਨਾਲ ਅਸੀਂ ਸੰਪਰਕ ਰੱਖਦੇ ਹਾਂ ਈਵਨ ਦੈਟ Facebook ਨਾਲ ਸੰਪਰਕ ਰੱਖਦੇ ਹਾਂ ਸਾਡਾ ਇੱਕ ਨੰਬਰ ਹੈ 8872515605 ਉਹਦੇ ਉੱਪਰ ਸਟੂਡੈਂਟ ਜੀ ਆਪਣਾ ਨੇਮ ਸੈਂਡ ਕਰਦਾ ਹੈ ਉਸ ਨੂੰ ਲਾਈਫਟਾਈਮ ਜੌਬ ਅਲਰਟਸ ਮਿਲਦੇ ਨੇ ਈਵਨ ਦੈਟ ਸਾਡੇ Facebook ਦੇ ਉੱਪਰ ਪੇਜ ਹੈਗਾ ਚੌਧਰੀ ਕੰਪਿਊਟਰਜ਼ ਐਂਡ ਕਮਰਸ਼ੀਅਲ ਕਾਲਜ ਦਾ ਉਸ ਪੇਜ ਨੂੰ ਬੱਚਾ ਲਾਈਕ ਕਰਦਾ ਹੈ ਉਸ ਤੋਂ ਬਾਅਦ ਉਹਨੂੰ ਜੌਬ ਦੇ ਅਲਰਟਸ ਮਿਲਦੇ ਨੇ ਈਵਨ ਦੈਟ ਉਸ ਦੀ ਸਟੂਡੈਂਟ ਦੀ ਈਮੇਲ ਆਈਡੀ ਅਸੀਂ ਰਜਿਸਟਰ ਕਰਦੇ ਹਾਂ ਜੋ ਹਰ ਵੀਕਲੀ आ, हर वीक अं जॉब अलर्ट्स ईमेल आई डी ते भेजते हैं चाहे वो मतलब की जॉब है चाहे नहीं है पर उसके किसी कलीग के मतलब भी निकल आती है तो उसके आकर संपर्क करते हैं अभी कितने न कित प्लेस करवाने जरूरी नहीं है कि स्टूडेंट जो मेरे को सेंटर पर पढ़ रहे हैं मेरे को इंस्टीट्यूट से पढ़ रहे सिर्फ उसने ही असी नौकरी लवानी है साइड कोशिश होंगी है कि जो स्टूडेंट मेरे को आया जो उस किसी दोस्त से जॉब लगनी है चाहे वो मेरा स्टूडेंट है नहीं है फिर भी असी उस ਉਸ ਨੂੰ ਕਿਤੇ ਨਾ ਕਿਤੇ ਕੰਪਨੀ ਦੇ ਵਿੱਚ ਪਲੇਸ ਕਰਵਾਨੇ ਆ ਜੀ ਤੇ ਸਿਰ ਫਿਲਹਾਲ ਇਸ ਇੰਸਟੀਚਿਊਟ ਦੇ ਵਿੱਚ ਜਿਹੜੇ ਕੋਰਸਿਸ ਹੈਗੇ ਉਹਨਾਂ ਦੇ ਸੈਸ਼ਨਸ ਕਦੋਂ ਤੋਂ ਸਟਾਰਟ ਹੁੰਦੇ ਨੇ ਕਦੋਂ ਤੋਂ ਸਟੂਡੈਂਟਸ ਹੈ ਜਿਹੜੇ ਐਡਮਿਸ਼ਨ ਲੈ ਸਕਦੇ ਨੇ ਜੀ ਬਿਲਕੁਲ ਸਟੂਡੈਂਟ ਜਦੋਂ ਮਰਜ਼ੀ ਸਾਡੇ ਕੋਲ ਜੁਆਇਨ ਕਰ ਸਕਦਾ ਹੈ एंड बैचिस का सिस्टम होंगे जैन के अलग बैचिज़ होंगे हैं फैप के अलग बैचिज़ होंगे हैं और नेम रजिस्टर्ड किया जाता है जो बैच नव स्टार्ट हो दस दिन बाद पंद्रह दिन बादनों कॉल करके बुलाया जाता है और इस तरह बैचिस चलते हैं ऐसा कोई इशू नहीं है कि बैचिज़ हर छे महीने बाद या साल बाद स्टार्ट हो जो मर्जी साढ़े कोईन कर सकता है ਬਿਲਕੁਲ ਦਸ਼ਕੂ ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਚੌਥੀ ਕੰਪਿਊਟਰ ਐਂਡ ਕਮਰਸ਼ੀਅਲ ਕਾਲਜ ਦੀ ਜਿਸ ਦੇ ਵਿੱਚ ਹਰ ਤਰੀਕੇ ਦੀ ਸਟਰੀਮ ਦੇ ਜਿਹੜੇ ਕੋਰਸਸ ਅਵੇਲੇਬਲ ਨੇ ਚਾਹੇ ਅਕਾਊਂਟਿੰਗ ਹੋ ਗਿਆ ਕੰਪਿਊਟਰ ਹੋ ਗਿਆ ਟੈਕਨੀਕਲ ਕੋਰਸਸ ਹੋ ਗਏ ਨਾਨ ਟੈਕਨੀਕਲ ਕੋਰਸਸ ਹੋ ਗਏ ਆਇਲਸ ਹੋ ਗਿਆ ਜਿਹੜੀ ਕੋਚਿੰਗ ਹੋ ਗਈਆਂ ਬਾਇਓ ਕੈਮਿਸਟਰੀ ਫਿਜ਼ਿਕਸ ਮੈਥਸ ਜਾਂ ਜਾਂ ਹੋਰ ਸਬਜੈਕਟਸ ਹੀ ਜਾਂ 7th ਕਲਾਸ ਤੋਂ ਲੈ ਕੇ ਅਪ ਟੂ +2 ਤੱਕ ਹਰ ਤਰੀਕੇ ਦੇ ਸਟੂਡੈਂਟ ਦੇ ਕਰੀਅਰ ਨੂੰ ਜਿਹੜਾ ਇਸ ਕਾਲਜ ਦੇ ਵਿੱਚ ਬਣਾਇਆ ਜਾਂਦਾ ਸੋ ਹਰ ਤਰੀਕੇ ਦਾ ਸਟੂਡੈਂਟ ਇਥੇ ਆ ਕੇ ਇਸ ਕਾਲਜ ਨੂੰ ਜੁਆਇਨ ਕਰ ਸਕਦਾ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਸ ਨੂੰ ਜਿਹੜਾ ਕੋਰਸ ਹੈ ਉਹ ਜ਼ਰੂਰ ਮਿਲੇਗਾ ਸੋ ਆਦੇ ਸ਼ੋ ਦੇ ਵਿੱਚ ਇਨਾ ਹੀ ਸਮਝਾਉਂਗੀ ਤੁਸੀਂ ਸਟੂਡੈਂਟਸ ਨੂੰ ਕੋਈ ਮੈਸੇਜ ਜ਼ਰੂਰ ਦਿਓ ਕੀ ਕਹਿਣਾ ਚਾਹੁੰਦੇ ਹੋ ਸਟੂਡੈਂਟਸ ਨੂੰ ਬਸ ਇਹੀ ਮੈਸੇਜ ਹੋਏਗਾ ਕਿ ਇੱਕ ਵਾਰ ਜ਼ਰੂਰ ਆਓ ਦੋ ਦਿਨ ਦਾ ਡੈਮੋ ਲੋ ਉਸ ਤੋਂ ਬਾਅਦ ਜੁਆਇਨ ਕਰੋ ਜੀ ਬਿਲਕੁਲ ਸਰ ਥੈਂਕ ਯੂ so much for being and they show and wish you all luck for this college ਦਰਸ਼ਕੋ ਇਸੇ ਦਿਨ ਨਾਲ ਮਨੀਆਨੇ ਕੀ ਛਵੇ ਦੋ ਇਜਾਜ਼ਤ ਮੁਰਕੇ ਹਾਜ਼ਰ ਹੋਵਾਂਗੇ ਇਸੇ 쇼 ਦੇ ਵਿੱਚ ਟਿਲ ਦੈਨ ਯੂ ਟੇਕ ਕੇਅਰ ਬਾਏ ਬਾਏ